ਗਾਇਕ ਕਲਾਂ ਵਿਖੇ ਮ੍ਰਿਤਕ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਕੀਤਾ ਗਿਆ ਰੋਸ ਮਾਰਚ। ਇਨਸਾਫ ਦੀ ਕੀਤੀ ਮੰਗ। ਦੱਸ ਦਈਏ ਕਿ ਬੀਤੇ ਦਿਨ ਪਹਿਲਾਂ ਪਿੰਡ ਰਾਇਕੇ ਕਲਾਂ ਦੇ ਕਿਸਾਨ ਬਲਵਿੰਦਰ ਸਿੰਘ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਮੋਰਚੇ ਵਿੱਚ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ। ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਪਿੰਡ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਰਾਹਾ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਅਜੇ ਪਾਲਕੂਦਾ ਰਾਮ ਸਿੰਘ ਕੋਟਗੁਰੂ, ਧਰਮਪਾਲ ਸ਼ਰਮਾ, ਤਾਰਾ ਸਿੰਘ ਪਥਰਾਲਾ, ਜਸਪ੍ਰੀਤ ਸਿੰਘ, ਗੁਰਤੇਜ ਸਿੰਘ ਜੈ ਸਿੰਘ ਵਾਲਾ, ਬਿੱਕਰ ਸਿੰਘ ਦਾਨੇ ਕੇ ਚੱਕ, ਲਛਮਣ ਸਿੰਘ ਰਾਏਕੇ ਕਲਾਂ ਅਤੇ ਕੁਲਵੰਤ ਰਾਏ ਸ਼ਰਮਾ ਹਾਜ਼ਰ ਸਨ। ਇਸ ਮੌਕੇ ਕੀ ਕਹਿਣਾ ਹੈ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਕਿਸਾਨਾਂ ਦੀ ਜਾਨ ਲੈਣ ਵਾਲਾ ਸੂਤਕੋਰੀ ਬਲਸਿੰਦਰ ਸਿੰਘ ਮੁਰਦਾਬਾਦ, ਸੂਤਕੋਰੀ ਪ੍ਰਬੰਧ ਮੁਰਦਾਬਾਦ, ਸੂਤਕੋਰੀ ਪ੍ਰਬੰਧ ਮੁਰਦਾਬਾਦ, ਪ੍ਰਸ਼ਾਸਨ ਮੁਰਦਾਬਾਦ। ਹਾਂਜੀ, ਪਿਛਲੇ ਦਿਨ ਜੋ ਬਲਵਿੰਦਰ ਸਿੰਘ ਨਿੰਗ ਪਿੰਡ ਰਾਇਕੇ ਕਲਾਂ ਤੋਂ ਮੁਕਤਸਰ ਮੋਰਚੇ ਦੇ ਵਿੱਚ ਸਲਫਾਸ ਖਾ ਕੇ ਖੁਦਕੁਸ਼ੀ ਕਰ ਗਿਆ ਸੀ, ਉਸ ਸੰਬੰਧ ਦੇ ਵਿੱਚ ਅੱਜ ਅਸੀਂ ਪਿੰਡ ਦੇ ਵਿੱਚ ਰੋਸ ਮਾਰਚ ਕੱਢਿਆ, ਕਿਉਂਕਿ ਉਸ ਦੇ ਜਿਹੜਾ ਕਤਲ ਦੇ ਜ਼ਿੰਮੇਵਾਰ ਮਾਰਨ ਦੇ ਜ਼ਿੰਮੇਵਾਰ ਬਲਸ਼ਿੰਦਰ ਸਿੰਘ ਟਿੱਕਾ, ਜਿਹੜਾ ਕਿ ਇੱਕ ਬਦਨਾਮ DSP ਜਗਦੀਸ਼ ਸਿੰਘ ਭੋਲਾ ਦਾ ਪਿਓ ਹੈ, ਜਿਹੜਾ ਕਿ ਅੰਦਰ ਸਜ਼ਾ ਕੱਟ ਰਿਹਾ 6000 ਕਰੋੜੀ ਡਰੱਗ ਦੇ ਸੰਬੰਧ ਦੇ ਵਿੱਚ, ਉਸ ਦੇ ਵਿਰੋਧ ਦੇ ਵਿੱਚ ਅੱਜ ਮਾਰਚ ਕੱਢਿਆ ਗਿਆ, ਕਿਉਂਕਿ ਇਹ ਮਾਰਚ ਦਾ ਮਤਲਬ ਸੀਗਾ ਕਿ ਉਸ ਪਰਿਵਾਰ ਨੂੰ ਇਨਸਾਫ ਦਿਵਾਉਣਾ ਅਤੇ ਬਲਸ਼ਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕਰਾਉਣਾ ਹੈ। ਜਿੰਨਾ ਚਿਰ ਬਲਸ਼ਿੰਦਰ ਸਿੰਘ ਗ੍ਰਿਫਤਾਰ ਨਹੀਂ ਹੁੰਦੇ ਗਏ, ਉਹਨਾਂ ਚਿਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਜਿੰਨੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਸਕਦੇ ਹਾਂ ਆਪਾਂ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਇਹੋ ਜਿਹੇ ਮਾਰਚਾਂ ਦੇ ਵਿੱਚ ਪਹੁੰਚ।